ਸਰਕਾਰੀ ਹਾਈ ਸਕੂਲਾਂ ਵਿੱਚ ਪੜ੍ਹਾਈ ਘੱਟ ਹੋਣ ਜਾਂ ਅਧਿਆਪਕਾਂ ਵੱਲੋਂ ਸਕੂਲਾਂ ਵਿੱਚ ਨਾ ਆਉਣ ਦਾ ਕਹਿ ਕੇ ਆਮ ਹੀ ਲੋਕ ਸਰਕਾਰ ਨੂੰ ਕੋਸਦੇ ਦਿਖਾਈ ਦਿੰਦੇ ਹਨ। ਪਰ ਪਾਤੜਾਂ ਦੇ ਨਾਲ ਪਿੰਡ ਹਾਮਝੇੜੀ ਦਾ ਸਰਕਾਰੀ ਹਾਈ ਸਕੂਲ ਅਜਿਹਾ ਸਕੂਲ ਹੈ ਜਿਸ ਦੇ ਮੁੱਖ ਅਧਿਆਪਕ ਅਤੇ ਬਾਕੀ ਅਧਿਆਪਕ ਜਿੱਥੇ ਐਤਵਾਰ ਅਤੇ ਹੋਰ ਛੁੱਟੀਆਂ ਦੌਰਾਨ ਸਕੂਲ ਖੋਲ੍ਹ ਕੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ। ਪੜ੍ਹਾਈ ਅਤੇ ਸਫਾਈ ਪੱਖੋਂ ਪੰਜਾਬ ਵਿੱਚ 7ਵੇਂ ਅਤੇ ਪਟਿਆਲੇ ਜ਼ਿਲ੍ਹੇ ਵਿੱਚ ਪਹਿਲੇ ਸਥਾਨ ਤੇ ਇਹ ਸਕੂਲ ਬਾਕੀ ਸਕੂਲਾਂ ਨਾਲੋਂ 1 ਘੰਟਾ ਪਹਿਲਾਂ ਖੁੱਲ੍ਹਦਾ ਹੈ ਅਤੇ 1 ਘੰਟਾ ਮਗਰੋਂ ਛੁੱਟੀ ਇਸ ਸਕੂਲ ਵਿੱਚ ਕੀਤੀ ਜਾਂਦੀ ਹੈ। ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਦੀ ਬਦੌਲਤ ਇਸ ਸਕੂਲ ਦਾ 10ਵੀਂ ਦਾ ਨਤੀਜਾ 8 ਸਾਲਾਂ ਤੋਂ 100% ਆ ਰਿਹਾ ਹੈ ਅਤੇ 80% ਤੋਂ ਵੱਧ ਨੰਬਰ ਲੈ ਕੇ ਪਾਸ ਹੋਣ ਵਾਲੇ ਕਈ ਵਿਦਿਆਰਥੀ ਸਰਕਾਰ ਦੇ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਲੈ ਕੇ ਪੜ੍ਹਾਈ ਕਰ ਰਹੇ ਹਨ। ਅਜੀਤ ਟੀਮ ਨੇ ਦੇਖਿਆ ਕਿ ਸਰਕਾਰ ਵੱਲੋਂ ਕੀਤੀ ਗਈ ਛੁੱਟੀ ਕਾਰਨ ਬਾਕੀ ਸਰਕਾਰੀ ਸਕੂਲ ਬੰਦ ਸਨ, ਪਰ ਇਸ ਸਕੂਲ ਵਿੱਚ ਆਮ ਦਿਨਾਂ ਵਾਂਗ ਪੜ੍ਹਾਈ ਕਰਵਾਈ ਜਾ ਰਹੀ ਸੀ। ਇਸ ਮੌਕੇ ਤੇ ਜਦੋਂ ਸਕੂਲ ਦੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕੀ ਕਿਹਾ, ਆਓ ਸੁਣਦੇ ਹਾਂ। ਮੇਰਾ ਨਾਮ ਕਰਨਜੀਤ ਕੌਰ ਹੈ, ਮੈਂ ਸਰਕਾਰੀ ਹਾਈ ਸਕੂਲ ਹਾਮਝੇੜੀ ਵਿੱਚ 10ਵੀਂ ਕਲਾਸ ਵਿੱਚ ਪੜ੍ਹਦੀ ਹਾਂ। ਸਾਡਾ ਸਕੂਲ 1 ਘੰਟਾ ਪਹਿਲਾਂ 8 ਵਜੇ ਲੱਗ ਜਾਂਦਾ ਹੈ। ਮੈਂ ਸਾਰੇ ਅਧਿਆਪਕ ਇੱਥੇ 8 ਵਜੇ ਪਹੁੰਚ ਜਾਂਦੇ ਹਨ। ਮੈਂ ਸਾਰੇ ਬੱਚੇ ਵੀ ਮਨ ਲਗਾ ਕੇ ਇੱਥੇ ਪੜ੍ਹਾਈ ਜਾਂਦੇ ਹਨ। ਮੇਰਾ ਨਾਮ ਦਲਜੀਤ ਕੌਰ, ਮੈਂ ਸਰਕਾਰੀ ਹਾਈ ਸਕੂਲ ਹਾਮਝੇੜੀ ਵਿੱਚ 10ਵੀਂ ਜਮਾਤ ਵਿੱਚ ਪੜ੍ਹਦੀ ਹਾਂ। ਸਾਡਾ ਸਕੂਲ ਸਬਜ਼ੀ ਵਾਲੇ ਦਿਨ ਵੀ ਲੱਗਦਾ ਹੈ। ਬੱਚੇ ਵੀ ਸਕੂਲ ਦੇ ਮੁੱਖ ਅਧਿਆਪਕ ਬੇਅੰਤ ਸਿੰਘ ਨੇ ਦੱਸਿਆ ਕਿ ਵਧੀਆ ਨਤੀਜੇ ਦੀ ਬਦੌਲਤ ਉਸ ਨੂੰ ਸਰਕਾਰ ਵੱਲੋਂ ਬਣਾਈ ਗਈ ਸਿੱਖਿਆ ਸੁਧਾਰ ਕਮੇਟੀ ਵਿੱਚ ਮੈਂਬਰ ਲਿਆ ਗਿਆ ਹੈ ਅਤੇ ਇਸ ਮੌਕੇ ਤੇ ਉਹਨਾਂ ਨੇ ਹੋਰ ਕੀ ਕਿਹਾ, ਆਓ ਸੁਣਦੇ ਹਾਂ। ਸਾਡੇ ਸਕੂਲ ਦਾ ਰਿਜ਼ਲਟ ਪਿਛਲੇ 7 ਸਾਲਾਂ ਤੋਂ ਲਗਾਤਾਰ 100% ਆ ਰਿਹਾ ਤੇ ਸਾਰੇ ਅਧਿਆਪਕ ਬਹੁਤ ਮਿਹਨਤੀ ਨੇ ਤੇ ਸਕੂਲ ਟਾਈਮ ਤੋਂ 1 ਘੰਟਾ ਪਹਿਲਾਂ 1 ਘੰਟਾ ਬਾਅਦ ਤੇ ਛੁੱਟੀ ਵਾਲੇ ਦਿਨ ਐਤਵਾਰ ਸਮੇਤ ਤੇ ਸਕੂਲ ਆਉਂਦੇ ਨੇ ਤੇ ਸਾਰੇ ਬੱਚੇ ਆਉਂਦੇ ਨੇ ਤੇ ਬਹੁਤ ਵਧੀਆ ਪੜ੍ਹਾਉਂਦੇ ਨੇ ਤੇ ਸਾਨੂੰ ਸਰਪੰਚ ਮੋਹਨ ਸਿੰਘ ਸਿੱਧੂ ਤੇ ਸਾਡੇ ਹੋਰ ਪੰਚਾਇਤ ਵੱਲੋਂ ਪੂਰਾ ਸਹਿਯੋਗ ਮਿਲਦਾ। ਜਿਹੜੀ ਵੀ ਸਕੂਲ ਦੀ ਘਾਟ ਹੈ ਉਹ ਨਾਲ ਦੀ ਨਾਲ ਸਾਡਾ ਪੂਰਾ ਕਰਦੇ ਨੇ ਤੇ ਅਸੀਂ ਇਸ ਲਈ ਜ਼ਿਲ੍ਹਾ ਸਿੱਖਿਆ ਅਫਸਰ ਪਟਿਆਲਾ ਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਉਹਨਾਂ ਨੇ ਮੈਨੂੰ ਵਿਸ਼ੇਸ਼ ਪੁਰਸਕਾਰ ਦੇ ਕੇ 5 ਸਤੰਬਰ ਨੂੰ ਸਨਮਾਨਿਤ ਕੀਤਾ ਹੈ ਤੇ ਅਸੀਂ ਇਸ ਲਈ ਬਹੁਤ ਧੰਨਵਾਦ। ਇਹੋ ਜਿਹੀਆਂ ਪ੍ਰਾਪਤੀਆਂ ਰਹੀਆਂ ਨੇ ਸਕੂਲ ਦੀਆਂ ਹੁਣ ਤੱਕ ਬਹੁਤ ਖੇਡਾਂ ਦੇ ਵਿੱਚ ਸਾਡੇ ਹੁਣ ਵੀ ਜਿਹੜੀਆਂ ਖੇਡਾਂ ਚੱਲ ਰਹੀਆਂ ਨੇ ਜੋਨ ਦੇ ਵਿੱਚ ਬੱਚਿਆ ਸ਼ੋਟ ਪੁੱਟ ਤੇ ਲੌਂਗ ਜੰਪ ਦੇ ਵਿੱਚ ਜੋਨ ਤੋਂ ਫਸਟ ਆ ਗਏ ਸਾਡੇ ਬੱਚੇ ਤੇ ਪਹਿਲਾਂ ਵੀ ਨੈਸ਼ਨਲ ਤੱਕ ਕਬੱਡੀ ਵੀ ਖੇਡੇ ਹੋਏ ਨੇ ਬੱਚੇ ਤੇ ਰਿਜ਼ਲਟ ਵੀ ਸਾਡਾ ਬਹੁਤ ਵਧੀਆ ਆ ਰਿਹਾ। ਸ਼ੁਰੂ ਤੋਂ ਸਾਰੇ ਅਧਿਆਪਕ ਬਹੁਤ ਮਿਹਨਤੀ ਨੇ ਤੇ ਪਿੰਡ ਵੱਲੋਂ ਸਾਨੂੰ ਪੂਰਾ ਸਹਿਯੋਗ। ਸਰਕਾਰ ਵੱਲੋਂ ਕਿਹੋ ਜਿਹਾ ਤੁਹਾਨੂੰ ਮਾਣ ਸਨਮਾਨ ਜਿਹੜਾ ਦਿੱਤਾ ਗਿਆ? ਹਾਂ, ਸਰਕਾਰ ਵੱਲੋਂ ਸਾਨੂੰ ਰਿਜ਼ਲਟ ਕਰਕੇ 2 ਵਾਰ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਹੈ ਤੇ ਜਿਹਨੂੰ ਸਿੱਖਿਆ ਸੁਧਾਰ ਕਮੇਟੀ ਦੇ ਵਿੱਚ ਮੈਂਬਰ ਦੇ ਤੌਰ ਤੇ ਲਿਆ ਗਿਆ ਹੈ ਤੇ 5 ਸਤੰਬਰ ਨੂੰ ਮੈਨੂੰ ਸਿੱਖਿਆ ਮੰਤਰੀ ਜੀ ਤੇ ਸਿੱਖਿਆ ਸਕੱਤਰ ਜੀ ਵੱਲੋਂ ਵਿਸ਼ੇਸ਼ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪਿੰਡ ਦੇ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਉਹਨਾਂ ਨੇ ਕੀ ਕਿਹਾ ਇਸ ਸਕੂਲ ਬਾਰੇ, ਆਓ ਸੁਣਦੇ ਹਾਂ। ਇੱਥੇ ਸਾਡਾ ਜਿਹੜਾ ਸਰਕਾਰੀ ਹਾਈ ਸਕੂਲ ਹਾਮਝੜੀ ਹੈ ਜੀ, ਇਹਦਾ ਮਾਹੌਲ ਹੈ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਹੈ। ਇੱਥੇ ਜੇ ਅਸੀਂ ਕੋਈ ਦਿੱਖ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਦਿੱਖ ਇਸ ਸਕੂਲ ਦੀ ਬਣੀ ਹੋਈ ਹੈ। ਜੇ ਅਸੀਂ ਪੜ੍ਹਾਈ ਦੀ ਗੱਲ ਕਰੀਏ, ਸਾਡਾ ਜਿਹੜਾ ਸਟਾਫ ਹੈ ਸਾਡੇ ਹੈਡਮਾਸਟਰ ਸਾਹਿਬ ਸਰਦਾਰ ਬੇਅੰਤ ਸਿੰਘ ਜੀ ਨੇ, ਉਹਨਾਂ ਦੇ ਨਾਲ ਸਮੁੱਚਾ ਸਟਾਫ ਹੈ, ਇੰਨਾ ਜ਼ਿਆਦਾ ਮਿਹਨਤੀ ਹੈ ਕਿ ਸਕੂਲ ਟਾਈਮ ਦੇ ਵਿੱਚ ਤਾਂ ਉਹ ਬੱਚਿਆਂ ਨੂੰ ਪੜ੍ਹਾਉਂਦੇ ਹੀ ਨੇ, ਬਹੁਤ ਹੀ ਵਧੀਆ ਪੜ੍ਹਾਈ ਕਰਦੇ ਨੇ। ਅਸੀਂ ਕਈ ਵਾਰੀ ਪੰਚਾਇਤੀ ਤੌਰ ਤੇ, ਪੰਚਾਇਤ ਦੇ ਤੌਰ ਤੇ ਇੱਥੇ ਆ ਕੇ ਚੈੱਕ ਵੀ ਕੀਤਾ, ਇੱਥੇ ਆ ਕੇ ਦੇਖਿਆ ਵੀ ਕਿ ਕਿਸ ਤਰ੍ਹਾਂ ਇੱਥੇ ਕਲਾਸਾਂ ਲੈਂਦੇ ਨੇ, ਕਿਸ ਤਰ੍ਹਾਂ ਬੱਚਿਆਂ ਨੂੰ ਪੜ੍ਹਾਇਆ ਜਾਂਦਾ। ਉਹ ਸਕੂਲ ਟਾਈਮ ਦੇ ਵਿੱਚ ਤਾਂ ਇਹ ਬੱਚਿਆਂ ਨੂੰ ਪੜ੍ਹਾਉਂਦੇ ਨੇ, ਪਰ ਉਸ ਤੋਂ ਬਿਨਾਂ ਜਿੱਦਾਂ ਕਿ ਐਤਵਾਰ ਦੀ ਛੁੱਟੀ ਹੁੰਦੀ ਹੈ ਉਸ ਦਿਨ, ਜਾਂ ਕੋਈ ਸਰਕਾਰੀ ਗੈਸਟ ਛੁੱਟੀਆਂ ਨੇ ਉਸ ਦਿਨ ਵੀ ਇਹ ਸਕੂਲ ਹੈ ਜਿਹੜਾ ਲਾਇਆ ਜਾਂਦਾ, ਇੱਥੇ ਬੱਚੇ ਨੇ ਜਿਹੜੀ ਵੱਡੀ ਗਿਣਤੀ ਵਿੱਚ ਛੁੱਟੀ ਵਾਲੇ ਦਿਨ ਵੀ ਆ ਕੇ ਇੱਥੇ ਸਟੱਡੀ ਹੈ ਜਿਹੜੀ ਉਹ ਪ੍ਰਾਪਤ ਕਰਦੇ ਨੇ, ਪੜ੍ਹਦੇ ਨੇ। ਸੋ ਸਮੁੱਚੇ ਸਟਾਫ ਦਾ ਬਹੁਤ ਵੱਡਾ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ ਸਹਿਯੋਗ ਹੈ, ਜਿਹਦੀ ਬਦੌਲਤ ਸਾਡਾ ਪਿਛਲੇ 7 ਸਾਲਾਂ ਤੋਂ ਸਕੂਲ ਦਾ ਰਿਜ਼ਲਟ ਹੈ ਜਿਹੜਾ ਉਹ 100% ਆਇਆ। ਪਿਛਲੇ ਦਿਨਾਂ ਦੇ ਵਿੱਚ ਸਾਡੇ ਸਿੱਖਿਆ ਮੰਤਰੀ ਜੀ ਔਰ ਸਾਡੇ CM ਸਾਹਿਬ, ਮੁੱਖ ਮੰਤਰੀ ਸਾਹਿਬ ਨੇ ਵੀ ਬੁਲਾ ਕੇ ਸਕੂਲ ਦੇ ਇੰਚਾਰਜ ਸਾਹਿਬ ਨੂੰ, ਟੀਮ ਨੂੰ ਹੈ ਜਿਹੜਾ ਸਨਮਾਨਿਤ ਵੀ ਕੀਤਾ ਔਰ ਸਾਡੇ ਟੀਚਰ ਡੇ ਦੇ ਵਿੱਚ ਪੁਰਸਕਾਰ ਵਜੋਂ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸੋ ਮੈਂ ਸਮਝਦਾ ਕਿ ਸਾਡੇ ਇਸ ਸਕੂਲ ਦੀ ਵੱਡੀ ਪ੍ਰਾਪਤੀ ਹੈ ਸਮੁੱਚੇ ਸਟਾਫ ਦੇ ਨਾਲ ਹੀ ਹੈ, ਸਮੁੱਚੇ ਸਟਾਫ ਦੀ ਮਿਹਨਤ ਸਦਕਾ ਹੀ ਹੈ। ਜਿਸ ਤਰ੍ਹਾਂ ਕਿ ਅਸੀਂ ਉਹਨੇ ਦੇਖਦੇ ਹਾਂ ਸਾਡੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੱਡੀ ਪੈਸੇ ਦੇ ਕੇ ਮਾਪੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਇੰਗਲਿਸ਼ ਮੀਡੀਅਮ 'ਚ ਜਾਂ ਆਪਣੇ ਸਕੂਲਾਂ ਵਧੀਆ ਬੱਚਿਆਂ 'ਚ ਪੜ੍ਹਾਉਣ ਦੀ ਕੋਸ਼ਿਸ਼ ਕਰਦੇ ਨੇ, ਮੈਂ ਸਮਝਦਾ ਉਹਨਾਂ ਤੋਂ ਵੀ ਵਧੀਆ ਜਿਹੜੇ ਇੱਥੇ ਸਾਡੇ ਬਿਨਾਂ ਪੈਸੇ ਦਿੱਤੇ ਸਰਕਾਰ ਦੀ ਇੱਕ ਪਾਲਿਸੀ ਦੇ ਤਹਿਤ ਇੱਥੇ ਜਿਹੜਾ ਬੱਚਿਆਂ ਨੂੰ ਸਟਾਫ ਤੋਂ ਪੜ੍ਹਾਇਆ ਜਾਂਦਾ ਉਹ ਉਹਨਾਂ ਤੋਂ ਵੀ ਕਿਤੇ ਜ਼ਿਆਦਾ ਬਿਹਤਰ ਹੈ। ਤੁਸੀਂ ਕਿਸੇ ਵੀ ਬੱਚੇ ਨੂੰ ਕੁਐਸਚਨ ਪੁੱਛ ਕੇ ਦੇਖੋ, ਜਿਹੜਾ ਰਿਜ਼ਲਟ ਆ ਉਹ ਬਹੁਤ ਵਧੀਆ। ਮੇਰਾ ਪਿੰਡ ਹਾਮਝੇੜੀ ਹੈ ਜੀ। ਸਾਡੇ ਹਾਂਜੀ, ਕਿਹੜੀ ਕਿਹੜੀ ਕਲਾਸਾਂ 'ਚ ਤੁਹਾਡੇ ਬੱਚੇ ਜਿਹੜੇ ਇੱਥੇ ਪੜ੍ਹਦੇ ਨੇ? 2 ਬੱਚੇ ਤਾਂ 9ਵੀਂ 'ਚ ਪੜ੍ਹ ਰਹੇ ਨੇ, 1 6ਵੀਂ 'ਚ ਨਹੀਂ ਦੱਸਦਾ ਜੀ। ਕਿਹੋ ਜਿਹੀ ਪੜ੍ਹਾਈ ਹੈ? ਬਹੁਤ ਵਧੀਆ ਪੜ੍ਹਾਈ ਹੋ ਰਹੀ ਹੈ ਜੀ। ਅਤੇ ਆਮ ਦਿਨਾਂ 'ਚ ਛੁੱਟੀ ਹੁੰਦੀ ਹੈ ਜਾਂ ਖੁੱਲ੍ਹਦਾ ਸਕੂਲ? ਇਹ ਸਕੂਲ ਖੁੱਲ੍ਹਦਾ ਹੀ ਹੈ।
ਛੁੱਟੀ ਵਾਲੇ ਦਿਨ ਵੀ ਸਕੂਲ ਲੱਗਦਾ ਜੀ। ਸਰਕਾਰੀ ਹਾਈ ਸਕੂਲ ਹਾਮਚੜੀ ਅਜਿਹੀ ਮਿਸਾਲ ਹੈ ਕਿ ਜੇ ਮਿਹਨਤ ਕਰੀਏ ਤਾਂ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਵੀ ਬਾਤ ਦਿੱਤੀ ਜਾ ਸਕਦੀ ਹੈ। ਅਜੀਤ ਵੈਬ ਟੀਵੀ ਲਈ ਪਾਤੜਾ ਤੋਂ ਜਗਦੀਸ਼ ਸਿੰਘ ਕੰਬੋਜ। ਸੋ ਇਹ ਤਾਂ ਸੀ ਪਾਤੜਾ ਤੋਂ ਜਗਦੀਸ਼ ਸਿੰਘ ਕੰਬੋਜ ਦੀ ਰਿਪੋਰਟ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।